ਮੈਂ ਅੰਦਰ ਬੈਠਾ ਸੀ ਦਫ਼ਤਰ 'ਚ ਜੀ, ਦੋ ਬੰਦੇ ਆਏ, ਉਹਨਾਂ ਨੇ ਮੋਟਰਸਾਈਕਲ ਰੋਕ ਲਿਆ, ਮੂੰਹ ਬੰਨੇ ਸੀਗੇ ਜੀ, ਅਤੇ ਪਹਿਲਾਂ ਟੈਂਕੀ ਵੱਲ ਨੂੰ ਗਏ ਪਾਣੀ ਪੀਣ ਨੂੰ, ਫਿਰ ਸ਼ੀਸ਼ੇ ਥਾਣੀ ਝਾਕ ਕੇ ਅਤੇ ਅੰਦਰ ਨੂੰ ਕਈ ਰਹੀ ਆ ਗਏ, ਅਤੇ ਮੇਰੇ 'ਤੇ ਹਮਲਾ ਕਰਤਾ ਜੀ, ਮੈਂ ਭਿੜਿਆ ਵੀ ਨਾਲ, ਪਰ ਜੀ ਉਹ ਦੋ ਜਾਣੇ ਸੀਗੇ ਅਤੇ ਉਹਨੇ ਮੇਰੇ ਇੱਕ ਇੱਥੇ ਕੁਹਾੜੀ ਮਾਰੀ, ਮੂੰਹ 'ਤੇ ਮਾਰੀ ਗਿਆ, ਫਿਰ ਜੀ ਮੈਂ ਉਹਨਾਂ ਨੂੰ ਚਕਮਾ ਦੇਣ ਵਾਸਤੇ ਗੇਟ ਵੱਲ ਨੂੰ ਆਇਆ ਵੀ ਚਾਬੀ ਉੱਥੇ ਪਈ ਆ ਗੱਲੇ ਦੀ, ਉਹ ਸੈਂਪਲ ਵਾਲੇ ਡੱਬਿਆਂ ਨੂੰ ਪਾਸੇ ਕੀਤਾ, ਅਤੇ ਉਹ ਬੰਦਾ ਜਿਹੜਾ ਮੈਂ ਸੋਚਿਆ ਵੀ ਬਾਹਰ ਭੱਜ ਜੂੰਗਾ, ਉਹ ਹੀ ਆ ਕੇ ਬਾਰ ਮੂਹਰੇ ਖੜ ਗਿਆ ਜੀ, ਅਤੇ ਫਿਰ ਭੱਜਣ ਨਹੀਂ ਦਿੱਤਾ ਜੀ, ਫਿਰ ਮੈਨੂੰ ਚਾਬੀ ਦੱਸਣੀ ਪਈ ਜੀ, ਅਤੇ ਉਹ ਲੈ ਗਏ ਸਾਰਾ ਕੈਸ਼ ਹੀ ਲੈ ਗਏ, ਜਿਹੜਾ ਪਰਸੋਂ ਰਾਤ ਦਾ ਪਿਆ ਸੀ ਉਹ ਵੀ ਲੈ ਗਏ, ਅਤੇ ਜਿਹੜਾ ਦਿਨ ਦਾ ਸਾਰਾ ਪਿਆ ਸੀ ਉਹ ਵੀ ਲੈ ਗਏ। ਬੰਦੇ ਦੋ ਆਏ ਆ ਜੀ, ਉਹਨਾਂ ਕੋਲ ਹਥਿਆਰ ਸੀਗੇ, ਇੱਕ ਕੁਹਾੜੀ ਫੜੀ ਹੋਈ ਸੀ ਅਤੇ ਇੱਕ ਕੋਲ ਸ਼ਾਇਦ ਕੁਛ ਨਹੀਂ ਸੀਗਾ, ਜਦੋਂ ਇਹਨੂੰ ਆਫਿਸ ਦੇ ਵਿੱਚ ਹੀ ਉਹਨਾਂ ਨੇ ਮਾਰਕਟਾਈ ਕੀਤੀ, ਇਹਦੇ ਸੱਟਾ ਸੁੱਟਾ ਮੁੰਡੇ 'ਤੇ ਕੁਛ ਲੱਗੀਆਂ, ਸਾਡੇ ਕੁਝੀਆਂ ਕਾਫੀ, ਅਤੇ 1,00,000 ਰੁਪਏ ਦੇ ਕਰੀਬ ਇਹਦੇ ਕੋਲ ਪੇਮੈਂਟ ਸੀ ਉਸ ਵੇਲੇ।